ਹੁਣ ਜਿਹੜੀ ਵੀਡੀਓ ਤੁਸੀਂ ਵੇਖਣ ਜਾ ਰਹੇ ਹੋ ਇਸ ਨੂੰ ਵੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਨਾਭਾ ਦਾ ਸਰਕਾਰੀ ਹਸਪਤਾਲ ਜਿੱਥੇ ਇਲਾਜ ਕਰਵਾਉਣ ਆਏ ਮਰੀਜ਼ ਦੇ ਬੈੱਡ ਤੋਂ ਇੱਕ ਸਰਦਾਰ ਨੌਜਵਾਨ ਨੇ ਬੜੀ ਹੀ ਚਲਾਕੀ ਨਾਲ ਮੋਬਾਈਲ ਚੋਰੀ ਕੀਤਾ ਤੇ ਉੱਥੋਂ ਰਫੂ ਚੱਕਰ ਹੋ ਗਿਆ। ਤੁਸੀਂ ਵੀ ਵੀਡੀਓ ਦੇਖੋ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਾਕਟਰ ਮਰੀਜ਼ਾਂ ਦਾ ਰੂਟੀਨ ਚੈੱਕਅਪ ਕਰ ਰਹੇ ਨੇ ਤੇ ਦੋ ਲੋਕ ਹਸਪਤਾਲ ਦੇ ਬੈੱਡ ਤੇ ਬੈਠੇ ਨੇ ਤੇ ਬੜੀ ਹੀ ਹੁਸ਼ਿਆਰੀ ਨਾਲ ਇੱਕ ਨੌਜਵਾਨ ਮੋਬਾਈਲ ਤੇ ਹੱਥ ਸਾਫ਼ ਕਰਦਾ ਹੈ ਤੇ ਉੱਥੋਂ ਆਸਾਨੀ ਨਾਲ ਨਿਕਲ ਜਾਂਦਾ ਹੈ। ਪਰ ਕਹਿੰਦੇ ਨੇ ਕਿ ਤੁਸੀਂ ਸਭ ਤੋਂ ਬਚ ਸਕਦੇ ਹੋ ਪਰ ਤੁਹਾਡੇ ਗੁਨਾਹ ਕਿਤੇ ਨਾ ਕਿਤੇ ਸਾਹਮਣੇ ਆ ਹੀ ਜਾਂਦੇ ਨੇ। ਸ਼ਾਇਦ ਇਸ ਚੋਰ ਨੂੰ ਨਹੀਂ ਸੀ ਪਤਾ ਕਿ ਉਸਦੀ ਸਾਰੀ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਚੁੱਕੀ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਆ ਗਿਆ ਹੈ ਬੱਲੇ ਬੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਟੀਵੀ ਚੈਨਲ। Hey, you are watching worldwide Superhit Punjabi Music Satellite TV channel, Balle Balle.